ਡਾਕਟਰਾਂ ਨੂੰ ਰੱਬ ਦੇ ਸਮਾਨ ਸਮਝਿਆ ਜਾਂਦਾ ਹੈ ਅਤੇ ਰੱਬ ਦਾ ਦੂਜਾ ਰੂਪ ਵੀ ਡਾਕਟਰਾਂ ਨੂੰ ਲੋਕਾਂ ਦੇ ਵੱਲੋਂ ਮੰਨਿਆ ਜਾਂਦਾ ਹੈ। ਰੱਬ ਵਰਗਾ ਦਰਜਾ ਆਮ ਲੋਕ ਡਾਕਟਰਾਂ ਨੂੰ ਦਿੰਦੇ ਨੇ ਕਿਉਂਕਿ ਉਹ ਕਿਸੇ ਦੀ ਜ਼ਿੰਦਗੀ ਬਚਾਉਂਦੇ ਨੇ, ਨਾ ਕਿ ਜ਼ਿੰਦਗੀ ਨੂੰ ਦਾਅ ਤੇ ਲਗਾਉਂਦੇ ਨੇ। ਪਰ ਕੁਝ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਇਸ ਕਿੱਤੇ ਤੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੁੰਦੇ ਨੇ, ਵੱਡੀਆਂ ਲਾਪਰਵਾਹੀਆਂ ਦੇ ਇਲਜ਼ਾਮ ਲੱਗਦੇ ਨੇ। ਅਤੇ ਹੁਣ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ESI ਹਸਪਤਾਲ ਤੋਂ, ਜਿੱਥੇ ਕਿ ਇੱਕ ਔਰਤ ਡਿਲੀਵਰੀ ਲਈ ਆਉਂਦੀ ਹੈ, ਉਸਦੀ ਡਿਲੀਵਰੀ ਹੁੰਦੀ ਹੈ ਅਤੇ ਜਦੋਂ ਟਾਂਕੇ ਲਗਾਏ ਜਾਂਦੇ ਨੇ ਤਾਂ ਡਾਕਟਰ ਵੱਡੀ ਅਣਗਹਿਲੀ ਵਰਤਦੇ ਨੇ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਡਾਕਟਰ ਐਡੀ ਵੱਡੀ ਲਾਪਰਵਾਹੀ ਕਰ ਸਕਦੇ ਨੇ। ਜੇਕਰ ਕਿਸੇ ਦੇ ਸਰੀਰ ਦੇ ਵਿੱਚ ਮਹਿਜ਼ ਕੋਈ ਛੋਟੀ ਜਿਹੀ ਸੂਈ ਵਿਰਿਆ ਜਾਵੇ ਤਾਂ ਉਸ ਇਨਸਾਨ ਦਾ ਤੜਫ ਤੜਫ ਕੇ ਬੁਰਾ ਹਾਲ ਹੋ ਜਾਂਦਾ ਹੈ। ਉੱਥੇ ਹੀ ਜੇਕਰ ਡੇਢ ਮਹੀਨੇ ਤੱਕ ਇੱਕ ਔਰਤ ਨੂੰ, ਉਹ ਵੀ ਡਿਲੀਵਰੀ ਤੋਂ ਬਾਅਦ ਹੀ ਡੇਢ ਮਹੀਨੇ ਤੱਕ ਤੜਫਣਾ ਪਵੇ ਤਾਂ ਤੁਸੀਂ ਕੀ ਕਹੋਗੇ? ਜੀ ਹਾਂ, ਯਕੀਨ ਨਹੀਂ ਹੋ ਰਿਹਾ। ਇਹ ਮਾਮਲਾ ਲੁਧਿਆਣਾ ਦੇ ESI ਹਸਪਤਾਲ ਤੋਂ ਸਾਹਮਣੇ ਹੈ, ਜਿੱਥੇ ਕਿ ਡਾਕਟਰ ਵੱਡੀ ਲਾਪਰਵਾਹੀ ਵਰਤਦਿਆਂ ਹੋਇਆਂ ਇੱਕ ਔਰਤ ਦੇ ਪੇਟ ਦੇ ਵਿੱਚ ਰੁਮਾਲ ਛੱਡ ਦਿੰਦੇ ਨੇ ਅਤੇ ਟਾਂਕੇ ਲਗਾ ਦਿੰਦੇ ਨੇ। ਡੇਢ ਮਹੀਨੇ ਤੱਕ ਔਰਤ ਦੇ ਦਰਦ ਬੰਦ ਨਹੀਂ ਹੁੰਦੀ। ਜਦੋਂ ਹੋਰ ਡਾਕਟਰਾਂ ਨੂੰ ਵਿਖਾਇਆ ਜਾਂਦਾ ਹੈ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਉਸਦੇ ਪੇਟ ਦੇ ਵਿੱਚ ਰੁਮਾਲ ਛੱਡਿਆ ਗਿਆ ਜਿਸਦੇ ਕਾਰਨ ਦਰਦ ਹੋ ਰਹੀ ਹੈ। ਇਸ ਮਾਮਲੇ 'ਤੇ ਹੁਣ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਪੀੜਤਾਂ ਦੀ ਸੁਣਵਾਈ ਕੀਤੀ ਗਈ ਹੈ ਅਤੇ ਉਹਨਾਂ ਨੇ ਹਸਪਤਾਲ ਦੇ ਵਿੱਚ ਜਾ ਕੇ ਡਾਕਟਰਾਂ ਦੀ ਵੱਡੀ ਲਾਪਰਵਾਹੀ ਦਾ ਪਰਦਾਫਾਸ਼ ਕੀਤਾ। ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋਗੇ ਕਿਸ ਤਰ੍ਹਾਂ ਉਸ ਮਹਿਲਾ ਦੇ ਪੇਟ ਦੇ ਵਿੱਚੋਂ ਵੀ ਕੱਪੜਾ ਦਿਖਾਇਆ ਜਾ ਰਿਹਾ ਹੈ ਅਤੇ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਡਾਕਟਰਾਂ ਨੂੰ ਲੰਬੇ ਹੱਥੀਂ ਲਿਆ ਜਾ ਰਿਹਾ ਹੈ ਕਿਉਂਕਿ ਕੁਝ ਡਾਕਟਰਾਂ ਦੇ ਵੱਲੋਂ ਇਸ ਕਿੱਤੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਡਾਕਟਰਾਂ ਦੀ ਥੋੜ੍ਹੀ ਜਿਹੀ ਲਾਪਰਵਾਹੀ ਦੇ ਕਾਰਨ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਸੋ ਲੋੜ ਹੈ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਕਰਨ ਦੀ, ਕਿਉਂਕਿ ਜੇਕਰ ਕੋਈ ਕਿਸੇ ਨੂੰ ਰੱਬ ਦਾ ਦਰਜਾ ਦਿੰਦਾ ਹੈ ਤਾਂ ਉਹ ਇੱਦਾਂ ਹੀ ਨਹੀਂ ਦਿੰਦਾ, ਉਸਦੇ ਲਈ ਮਿਹਨਤ ਅਤੇ ਤਪੱਸਿਆ ਕਰਨੀ ਪੈਂਦੀ ਹੈ। ਸੋ ਲੋੜ ਹੈ ਡਾਕਟਰਾਂ ਨੂੰ ਵੀ ਅਜਿਹੀਆਂ ਲਾਪਰਵਾਹੀਆਂ ਤੋਂ ਸਬਕ ਲੈਣ ਦੀ ਅਤੇ ਜੇਕਰ ਕੋਈ ਡਾਕਟਰ ਅਜਿਹੀ ਲਾਪਰਵਾਹੀ ਕਰਦਾ ਹੈ ਤਾਂ ਉਸਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਆਪਣੇ ਕਿੱਤੇ ਦੇ ਵਿੱਚ ਅਜਿਹੀ ਲਾਪਰਵਾਹੀ ਨਾ ਵਰਤੇ। ਇਹ ਉਹ ਹਸਪੀਟਲ ਆ ਜਿੱਥੇ ਕੋਈ ਫ੍ਰੀ ਨਹੀਂ, ਇਹ ESI ਹਸਪੀਟਲ ਲੁਧਿਆਣੇ ਦਾ ਉਹ ਹਸਪੀਟਲ ਆ ਜਿੱਥੇ ਇੰਪਲਾਈ ਦੇ ਪੈਸੇ ਆ, ਜਿੱਥੇ ਫੈਕਟਰੀ ਮਾਲਕਾਂ ਦੇ ਤੇ ਕਾਮਿਆਂ ਦੇ ਪੈਸੇ ਆ, ਜਿੱਥੇ ਇੰਪਲਾਈ ਤੇ ਇੰਪਲਾਇਰ ਦੇ ਪੈਸਿਆਂ ਦੇ ਵਿੱਚੋਂ ਇਲਾਜ ਹੋਣਾ ਤੇ ਅੱਜ ਕਸਾਈਖਾਨਾ ਬਣਿਆ ਹੋਇਆ। ਤੁਹਾਨੂੰ ਯਾਦ ਹੋਊਗਾ ਸਾਲ ਸਵਾ ਸਾਲ ਪਹਿਲਾਂ ਇੱਥੇ MS ਮਿਸਟਰ ਬਲਰਾਜ ਭੰਡਾਰ ਹੁੰਦੇ ਸੀ, ਜਿਹੜੇ ਕਹਿੰਦੇ ਸੀ ਮੈਂ ਤਾਂ ਮੁੱਖ ਮੰਤਰੀ ਨੂੰ ਵੀ ਕੁਛ ਨਹੀਂ ਸਮਝਦਾ, ਕਹਿੰਦਾ ਤੂੰ ਕੀ ਚੀਜ਼ ਆ। ਉਸ ਬੰਦੇ ਦਾ, ਉਸ ਸਤਿਕਾਰਯੋਗ MS ਡਾਕਟਰ ਦਾ ਮੈਂ ਪ੍ਰਿਵਲੇਜ ਦੇ ਵਿੱਚ ਲਿਜਾ ਕੇ ਆਪਣੇ ਵੱਲੋਂ ਕੰਪਲੇਂਟ ਮੂਵ ਕੀਤਾ, ਇੱਥੋਂ ਬਦਲੀ ਹੋਈ, ਉਹਦੀ ਡਿਪਾਰਟਮੈਂਟਲ ਖੁੱਲ੍ਹੀ। 5-4 ਮਹੀਨੇ ਉਸ ਤੋਂ ਬਾਅਦ ਇਸ ਹੋਸਪਿਟਲ ਦੇ ਵਿੱਚ ਥੋੜ੍ਹੀ ਜਿਹੀ ਅਵੇਅਰਨੈਸ ਆਈ, ਥੋੜ੍ਹਾ ਜਿਹਾ ਮਰੀਜ਼ ਦੇ ਨਾਲ ਇਹ ਚੰਗਾ ਵਿਵਹਾਰ ਕਰਨ ਲੱਗੇ। ਅੱਜ ਫਿਰ ਉਹੀ ਲੱਕ ਬਣ ਲਿਆ ਇਹਨਾਂ ਨੇ। ਇਹ ਲੋਕ ਕਿੱਥੇ ਜਾਣਗੇ ਜਿਹੜੇ ਆਪਣੀ ਸੈਲਰੀ ਦੇ ਵਿੱਚੋਂ ਪੈਸੇ ਕਟਾਉਂਦੇ ਆ, ਐਂਡ ਇੰਪਲਾਇਰ ਜਿੱਥੇ ਫੈਕਟਰੀ 'ਚ ਕੰਮ ਕਰਦੇ ਆ, ਜਿਹੜੀ ਸੰਸਥਾ 'ਚ ਕੰਮ ਕਰਦੇ, ਉਹਦਾ ਮਾਲਕ ਪੈਸੇ ਕਟਾ ਕੇ ESI ਭੇਜਦਾ। ਅਤੇ ਇੱਥੇ ਇਲਾਜ ਦੇ ਨਾਮ ਦੇ ਉੱਤੇ ਇਕੱਲਾ ਇੱਕ ਪੇਸ਼ੈਂਟ ਨਹੀਂ, ਜਿਹਦੇ ਅੰਦਰ ਮੀਟਰਾਂ ਰੂਪੀ ਕੱਪੜਾ ਛੱਡ ਕੇ ਇਹਨਾਂ ਨੇ ਸਟਿਚਿਸ ਲਾਏ ਆ, ਬਹੁਤ ਸਾਰੇ ਆਲਰੇਡੀ ਜਿਹੜੇ ਐਡਮਿਟਡ ਹੈਗੇ ਆ, ਇਹਨਾਂ ਦੀਆਂ ਵੀ ਮੈਂ ਸ਼ਿਕਾਇਤਾਂ ਸੁਣਨੀਆਂ ਸਾਰਿਆਂ ਦੀਆਂ। ਐਂਡ ਜਿਹੜੇ ਜਿਹੜੇ ਡਾਕਟਰ ਇਹਦੇ ਵਿੱਚ ਅਣਗਹਿਲੀ ਨੈਗਲੀਜੈਂਸ ਦੇ ਵਿੱਚ ਇਹਦੇ 'ਚ ਜਾਂ ਇਹਨਾਂ ਲੋਕਾਂ ਦੇ ਵਿੱਚ, ਉਹ ਮੈਂ ਵਿਧਾਨ ਸਭਾ 'ਚ ਜ਼ਰੂਰ ਟੇਕਅਪ ਕਰੂੰਗਾ। ਨੋ ਡਾਊਟ ESI ਜਿਹੜਾ, ਚਾਹੇ ਉਹ ਕੇਂਦਰ ਦਾ, ਪਰ ਇਹ ਸਾਡੀ ਸਟੇਟ ਦੇ ਲੋਕਾਂ ਦੇ ਨਾਲ ਜਿਹੜੀ ਇਹ ਬਹੁਤ ਵੱਡੀ ਲੁੱਟ ਘਸੁੱਟ ਹੋ ਰਹੀ ਆ, ਬਹੁਤ ਵੱਡਾ ਤ੍ਰਾਸਦੀ ਹੋ ਰਹੀ ਆ, ਮੈਂ ਉਹ ਸਾਰੀ ਜਿਹੜੀ ਆ ਵਿਧਾਨ ਸਭਾ ਦੇ ਸਰਕਾਰ ਦੇ ਧਿਆਨ 'ਚ ਲਿਆ ਕੇ ਡਾਕਟਰਾਂ ਦੇ ਵਿਰੁੱਧ। ਮੈਂ ਇਹ ਵੀ ਨਹੀਂ ਕਹਿੰਦਾ ਵੀ ਸਾਰੇ ਡਾਕਟਰ ਬੇਈਮਾਨ ਹੈਗੇ ਆ, ਸਾਰੇ ਅਣਗਹਿਲੀ ਕਰਦੇ ਆ, ਵਿੱਚੋਂ ਬਹੁਤ ਸਾਰੇ ਡਾਕਟਰ ਚੰਗੇ, ਪਰ ਮੈਜੋਰਿਟੀ ਦੇ ਵਿੱਚ ਜਿਹੜਾ ਚਿੱਟਾ ਪਹਿਰਾਵਾ ਸੀ ਉਹ ਦੇਵਤਾ ਸਰੂਪ ਸੀ, ਸਾਡੇ ਬਜ਼ੁਰਗ ਕਹਿ ਕੇ ਗਏ ਆਪਣੇ। ਐਂਡ ਜਿਹੜੇ ਹੋਸਪਿਟਲ ਤੇ ਜਿਹੜੇ ਡਿਸਪੈਂਸਰੀਆਂ ਇਹ ਮੰਦਰ ਤੇ ਗੁਰਦੁਆਰਿਆਂ ਦੇ ਸਮਾਨ ਸੀ, ਅੱਜ ਇਹ ਸਾਰਾ ਕਨਸੈਪਟ ਕਮਰਸ਼ਲਾਈਜ਼ ਹੋ ਗਿਆ, ਚੇਂਜ ਹੋ ਗਿਆ। ਅੱਜ ਚਿੱਟੇ ਲਿਬਾਸ ਨੂੰ ਡਾਕੂਆਂ ਦੇ ਭੇਸ ਦੇ ਵਿੱਚ ਤਬਦੀਲ ਕਰਕੇ ਲੋਕਾਂ ਨੂੰ ਲੁੱਟਦਿਆਂ। ਮੈਂ ਛੋਟੀ ਜਿਹੀ ਤੁਹਾਡੇ ਨਾਲ ਇੱਕ ਹੋਰ ਸ਼ੇਅਰ ਕਰਨੀ ਹੈ। ਇੱਥੇ ਮੋਗੇ ਤੋਂ ਆਏ ਹੋਏ, ਇੱਧਰ ਆਓ ਅੱਗੇ, ਇਹ ਪੇਸ਼ੈਂਟ ਦੇ ਫਾਦਰ ਹੈਗੇ ਆ ਮੋਗੇ ਤੋਂ, ਮੈਨੂੰ ਨਹੀਂ ਜਾਣਦੇ ਇਹ, ਮੇਰੇ ਨਹੀਂ ਇਹ ਵੋਟਰ ਸਪੋਟਰ,